इंडिया न्यूज़। कांग्रेस के वल्लों लगातार टिप्पणी की गई, हालांकि गुरु साहबाना दे स्वरूप नू लैके जां फिर संगतां नू लैके कई बार विवादित टिप्पणियां दे मामले लगातार सामने आ चुके ने। नवा विवाद छिड़दा सामने आ रहा है। कांग्रेसी विधायक ने हरविंदर गिल दा विवादित बयान सामने आया। हरविंदर गिल ने, कांग्रेसी विधायक ने दरबार साहब आउण वाली संगत बारे उन्होंने विवादित बयान दिता है। हरीके लिया के संगत नू मच्छी खवाउण दा दिता है बयान। सोशल मीडिया से वायरल हो रही है वीडियो। कांग्रेसी विधायक का एक विवादित बयान सामने आया। हरमिंदर गिल का विवादित बयान है, कह रहे हैं कि संगत को हरीके लिया जाएगा फिर मच्छी खवावे। कांग्रेसी विधायक हरमिंदर गिल ने इस तरह का विवादित बयान दिता है। दरबार साहब आने वाली संगत बारे उन्होंने ये बयानबाजी की है। हरीके लिया के संगत को मच्छी खवाउण का बयान उन्होंने दिता है। सोशल मीडिया से उनका यह बयान काफ़ी ज़्यादा वायरल हो रहा है तो काफ़ी ज़्यादा इस मामले से उन्होंने निंदा की जा रही है। तुम वेख सकते हो विधायक साहब ने जिन्हों के अल्फाज इस तरह निकले ने कि चारे पासे इन्हों की विरोधता हो रही है। और इतने जिन्ना भी पैसा लग्या असीं चाहुंदे आ कि जिहड़ा 1 लाख श्रद्धालु रोज अमृतसर आउंदा है दरबार साहब के दर्शन वास्ते, वह हरीके वालो असीं उहदा मूँह मोड़ के हरीके लिआउणा चाहुंदे आ तां कि इत्थे आण के रहे तुहाडी मच्छी मुच्छी भी खाण ते बाकी भी कारोबार चलण पाउणगे। और इतने जिन्ना भी पैसा लग्या असीं चाहुंदे आ कि जिहड़ा 1 लाख श्रद्धालु रोज अमृतसर आउंदा है दरबार साहब के दर्शन वास्ते, वह हरीके वालो असीं उहदा मूँह मोड़ के हरीके लिआउणा चाहुंदे आ ਤਾਂ ਕਿ ਇੱਥੇ ਆਣ ਕੇ ਰਹੇ ਤੁਹਾਡੀ ਮੱਛੀ ਮੁੱਛੀ ਵੀ ਖਾਣ ਤੇ ਬਾਕੀ ਵੀ ਕਾਰੋਬਾਰ ਚੱਲਣ ਪਾਉਣਗੇ। ਔਰ ਇੱਥੇ ਜਿੰਨਾ ਵੀ ਪੈਸਾ ਲੱਗਿਆ ਅਸੀਂ ਚਾਹੁੰਦੇ ਹਾਂ ਕਿ ਜਿਹੜਾ 1 ਲੱਖ ਸ਼ਰਧਾਲੂ ਰੋਜ਼ ਅੰਮ੍ਰਿਤਸਰ ਆਉਂਦਾ ਦਰਬਾਰ ਸਾਹਿਬ ਦੇ ਦਰਸ਼ਨਾਂ ਵਾਸਤੇ, ਉਹ ਹਰੀਕੇ ਵਾਲਿਓ ਅਸੀਂ ਉਹਦਾ ਮੂੰਹ ਮੋੜ ਕੇ ਹਰੀਕੇ ਲਿਆਉਣਾ ਚਾਹੁੰਦੇ ਹਾਂ ਤਾਂ ਕਿ ਇੱਥੇ ਆਣ ਕੇ ਰਹੇ ਤੁਹਾਡੀ ਮੱਛੀ ਮੁੱਛੀ ਵੀ ਖਾਣ ਤੇ ਬਾਕੀ ਵੀ ਕਾਰੋਬਾਰ ਚੱਲਣ ਪਾਉਣਗੇ। ਔਰ ਇੱਥੇ ਜਿੰਨਾ ਵੀ ਪੈਸਾ ਲੱਗਿਆ ਅਸੀਂ ਚਾਹੁੰਦੇ ਹਾਂ ਕਿ ਜਿਹੜਾ 1 ਲੱਖ ਸ਼ਰਧਾਲੂ ਰੋਜ਼ ਅੰਮ੍ਰਿਤਸਰ ਆਉਂਦਾ ਦਰਬਾਰ ਸਾਹਿਬ ਦੇ ਦਰਸ਼ਨਾਂ ਵਾਸਤੇ, ਉਹ ਹਰੀਕੇ ਵਾਲਿਓ ਅਸੀਂ ਉਹਦਾ ਮੂੰਹ ਮੋੜ ਕੇ ਹਰੀਕੇ ਲਿਆਉਣਾ ਚਾਹੁੰਦੇ ਹਾਂ ਤਾਂ ਕਿ ਇੱਥੇ ਆਣ ਕੇ ਰਹੇ ਤੁਹਾਡੀ ਮੱਛੀ ਮੁੱਛੀ ਵੀ ਖਾਣ ਤੇ ਬਾਕੀ ਵੀ ਕਾਰੋਬਾਰ ਚੱਲਣ ਪਾਉਣਗੇ। ਤੇ ਵਿਵਾਦਿਤ ਬਿਆਨ ਸਾਹਮਣੇ ਆਇਆ, ਬਿਜ਼ਨਸ ਵਧੇਗਾ ਇਸ ਤਰ੍ਹਾਂ ਦੀ ਤਰਕਬਾਜ਼ੀ ਕਰ ਰਹੇ ਨੇ। ਹਰੀਕੇ ਲਿਆ ਕੇ ਮੱਛੀ ਖਵਾਵਾਂਗੇ ਨਾਲੇ ਬਿਜ਼ਨਸ ਵਧੇਗਾ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਵੀਡੀਓ ਅਤੇ ਖਾਸੀ ਜ਼ਿਆਦਾ ਇਹਨਾਂ ਦੀ ਨਿੰਦਾ ਹੋ ਰਹੀ ਹੈ। ਕਾਂਗਰਸੀ ਵਿਧਾਇਕ ਹਰਮਿੰਦਰ ਗਿੱਲ ਜਿਹੜੇ ਵਿਧਾਇਕ ਨੇ, ਪਰ ਇਸ ਤਰ੍ਹਾਂ ਦੀ ਜਿਹੜੀ ਸ਼ਬਦਾਵਲੀ ਉਹਨਾਂ ਨੇ ਦਿੱਤੀ ਹੈ ਉਹ ਕਾਫੀ ਜ਼ਿਆਦਾ ਨਿੰਦਨੀ ਹੈ, ਕਿਉਂਕਿ ਆਪ ਗੁਰਸਿੱਖ ਨੇ, ਖੁਦ ਵੀ ਗੁਰਦੁਆਰਾ ਸਾਹਿਬ 'ਚ ਜਾਂਦੇ ਹੋਣੇ, ਮੱਥਾ ਟੇਕਦੇ ਹੋਣੇ। ਪਰ ਸਵਾਲ ਇਹ ਹੈ ਕਿ ਸੰਗਤ ਲਈ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਿੰਨੇ ਕੁ ਜਾਇਜ਼ ਹੈ, ਕਿਉਂਕਿ ਜਿਹੜੀ ਵੀ ਸੰਗਤ ਜਾਂਦੀ ਹੈ ਆਮ ਤੌਰ 'ਤੇ ਸਿੰਪਲ ਪ੍ਰਸ਼ਾਦਾ ਖਾਂਦੀ ਹੈ, ਲੰਗਰ 'ਚ ਜੋ ਕੁਛ ਵੀ ਹੁੰਦਾ, ਉਹਨਾਂ ਦੀ ਭਾਵਨਾਵਾਂ ਨੂੰ ਸ਼ਬਦਾਂ 'ਚ ਬਿਆਨ ਕਰਨਾ ਕਾਫੀ ਜ਼ਿਆਦਾ ਔਖਾ ਹੋ ਰਿਹਾ ਇਸ ਸਮੇਂ। ਪਰ ਦੂਜੇ ਪਾਸੇ ਜਿਸ ਤਰ੍ਹਾਂ ਦਾ ਇਹਨਾਂ ਨੇ ਬਿਆਨ ਦਿੱਤਾ ਹੈ, ਲੋਕ ਵੀ ਕਾਫੀ ਸਖਤ ਲਹਿਜੇ 'ਚ ਇਸ ਬਿਆਨ ਦੀ ਨਿੰਦਾ ਕਰਦੇ ਨਜ਼ਰ ਆ ਰਹੇ ਨੇ, ਨਿਖੇਧੀ ਕਰ ਰਹੇ ਨੇ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਇਹ ਵੀਡੀਓ। ਹਰੀਕੇ ਲਿਆ ਕੇ ਮੱਛੀ ਖਵਾਉਣ ਦੀ ਗੱਲ ਕਰ ਰਹੇ ਨੇ, ਬਿਜ਼ਨਸ ਵਧੇਗਾ। ਲੱਖਾਂ ਸ਼ਰਧਾਲੂ ਦਰਬਾਰ ਸਾਹਿਬ ਜਾਂਦੇ ਨੇ, ਉਹਨਾਂ ਨੂੰ ਇੱਥੇ ਲਿਆਉਣ ਲਈ ਉਹਨਾਂ ਦਾ ਇਹ ਬੇਤੁਕਾ ਬਿਆਨ, ਮੱਛੀ ਵਾਲਾ ਮੱਛੀ ਖਵਾਵਾਂਗੇ ਇਸ ਤਰ੍ਹਾਂ ਉਹਨਾਂ ਨੇ ਕਿਹਾ, ਹਰੀਕੇ ਲਿਆ ਕੇ ਮੱਛੀ ਖਵਾਵਾਂਗੇ ਸ਼ਰਧਾਲੂਆਂ ਨੂੰ, ਨਾਲੇ ਔਰ ਇੱਥੇ ਜਿੰਨਾ ਵੀ ਪੈਸਾ ਲੱਗਿਆ ਅਸੀਂ ਚਾਹੁੰਦੇ ਹਾਂ ਕਿ ਜਿਹੜਾ 1 ਲੱਖ ਸ਼ਰਧਾਲੂ ਰੋਜ਼ ਅੰਮ੍ਰਿਤਸਰ ਆਉਂਦਾ ਦਰਬਾਰ ਸਾਹਿਬ ਦੇ ਦਰਸ਼ਨਾਂ ਵਾਸਤੇ, ਉਹ ਹਰੀਕੇ ਵਾਲਿਓ ਅਸੀਂ ਉਹਦਾ ਮੂੰਹ ਮੋੜ ਕੇ ਹਰੀਕੇ ਲਿਆਉਣਾ ਚਾਹੁੰਦੇ ਹਾਂ ਤਾਂ ਕਿ ਇੱਥੇ ਆਣ ਕੇ ਰਹੇ ਤੁਹਾਡੀ ਮੱਛੀ ਮੁੱਛੀ ਵੀ ਖਾਣ ਤੇ ਬਾਕੀ ਵੀ ਕਾਰੋਬਾਰ ਚੱਲਣ ਪਾਉਣਗੇ। ਔਰ ਇੱਥੇ ਜਿੰਨਾ ਵੀ ਪੈਸਾ ਲੱਗਿਆ ਅਸੀਂ ਚਾਹੁੰਦੇ ਹਾਂ ਕਿ ਜਿਹੜਾ 1 ਲੱਖ ਸ਼ਰਧਾਲੂ ਰੋਜ਼ ਅੰਮ੍ਰਿਤਸਰ ਆਉਂਦਾ ਦਰਬਾਰ ਸਾਹਿਬ ਦੇ ਦਰਸ਼ਨਾਂ ਵਾਸਤੇ, ਉਹ ਹਰੀਕੇ ਵਾਲਿਓ ਅਸੀਂ ਉਹਦਾ ਮੂੰਹ ਮੋੜ ਕੇ ਹਰੀਕੇ ਲਿਆਉਣਾ ਚਾਹੁੰਦੇ ਹਾਂ ਤਾਂ ਕਿ ਇੱਥੇ ਆਣ ਕੇ ਰਹੇ ਤੁਹਾਡੀ ਮੱਛੀ ਮੁੱਛੀ ਵੀ ਖਾਣ ਤੇ ਬਾਕੀ ਵੀ ਕਾਰੋਬਾਰ ਚੱਲਣ ਪਾਉਣਗੇ। ਔਰ ਇੱਥੇ ਜਿੰਨਾ ਵੀ ਪੈਸਾ ਲੱਗਿਆ ਅਸੀਂ ਚਾਹੁੰਦੇ ਹਾਂ ਕਿ ਜਿਹੜਾ 1 ਲੱਖ ਸ਼ਰਧਾਲੂ ਰੋਜ਼ ਅੰਮ੍ਰਿਤਸਰ ਆਉਂਦਾ ਦਰਬਾਰ ਸਾਹਿਬ ਦੇ ਦਰਸ਼ਨਾਂ ਵਾਸਤੇ, ਉਹ ਹਰੀਕੇ ਵਾਲਿਓ ਅਸੀਂ ਉਹਦਾ ਮੂੰਹ ਮੋੜ ਕੇ ਹਰੀਕੇ ਲਿਆਉਣਾ ਚਾਹੁੰਦੇ ਹਾਂ ਤਾਂ ਕਿ ਇੱਥੇ ਆਣ ਕੇ ਰਹੇ ਤੁਹਾਡੀ ਮੱਛੀ ਮੁੱਛੀ ਵੀ ਖਾਣ ਤੇ ਬਾਕੀ ਵੀ ਕਾਰੋਬਾਰ ਚੱਲਣ ਪਾਉਣਗੇ। ਔਰ ਇੱਥੇ ਜਿੰਨਾ ਵੀ ਪੈਸਾ ਲੱਗਿਆ,
ਇਹ ਬਿਆਨ ਤੁਸੀਂ ਸੁਣਿਆ। ਇੱਕ ਹੋਰ ਵੱਡੀ ਖਬਰ ਆ ਰਹੀ ਹੈ, ਚਰਨਜੀਤ ਬਰਾੜ ਜਿਹੜੇ ਨੇ ਉਹਨਾਂ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ ਇਸ ਪੂਰੇ ਮਸਲੇ 'ਤੇ। ਉਹ ਕਹਿ ਰਹੇ ਨੇ ਕਿ ਵਿਧਾਇਕ ਨੂੰ ਸ਼੍ਰੀ ਅਕਾਲ ਤਖਤ ਸਾਹਿਬ 'ਚ ਤਲਬ ਕੀਤਾ ਜਾਵੇ ਅਤੇ ਜਵਾਬ ਮੰਗਿਆ ਜਾਵੇ। ਹਰਮਿੰਦਰ ਗਿੱਲ ਦਾ ਵਿਵਾਦਿਤ ਬਿਆਨ ਤੁਸੀਂ ਸੁਣਿਆ, ਅਕਾਲੀ ਦਲ ਨੇ ਹੁਣ ਸਵਾਲ ਚੁੱਕੇ ਨੇ। ਜਿਹੜੇ ਬੁਲਾਰੇ ਨੇ ਅਕਾਲੀ ਦਲ ਦੇ, ਉਹ ਸਾਫ ਤੌਰ 'ਤੇ ਕਹਿ ਰਹੇ ਨੇ ਕਿ ਇਹਨਾਂ ਨੂੰ ਤਲਬ ਕੀਤਾ ਜਾਣਾ ਜ਼ਰੂਰੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਇਹਨੂੰ ਤਲਬ ਕਰੇ, ਇਹ ਉਹਨਾਂ ਨੇ ਮੰਗ ਕੀਤੀ ਹੈ। ਸਿੱਖਾਂ ਦੀ ਸਿਰਮੌਰ ਸੰਸਥਾ ਹੈ। ਹਰਮਿੰਦਰ ਗਿੱਲ ਦਾ ਇਹ ਵਿਵਾਦਿਤ ਬਿਆਨ ਤੁਸੀਂ ਸੁਣ ਰਹੇ ਸੀ। ਮੰਤਰੀਆਂ ਦਾ ਵਾਹਿਆ ਤਰੀਕੇ ਨਾਲ ਸਿੱਖੀ ਸਿਧਾਂਤਾਂ ਦੇ ਉਲਟ ਬੋਲਣਾ, ਇਹ ਕਿਤੇ ਨਾ ਕਿਤੇ ਗਾਂਧੀ ਪਰਿਵਾਰ ਦੀ ਚਾਲ ਲੱਗਦੀ ਹੈ ਔਰ ਗਾਂਧੀ ਪਰਿਵਾਰ ਦੀ ਸੋਚ 'ਤੇ ਪਹਿਰਾ ਜਿਹੜੇ ਦੇ ਰਹੇ। ਹਰਮਿੰਦਰ ਸਿੰਘ ਗਿੱਲ ਜਿਹੜੇ ਨੇ ਮੇਰੀ ਜਾਣਕਾਰੀ ਦੇ ਮੁਤਾਬਕ ਉਹ ਅੰਮ੍ਰਿਤਧਾਰੀ ਸਿੱਖ ਨੇ, ਅਤੇ ਜੇ ਕੋਈ ਅੰਮ੍ਰਿਤਧਾਰੀ ਸਿੱਖ ਇਹ ਕਹੇ ਕਿ ਜਿਹੜੀ ਲੱਖਾਂ ਸੰਗਤ ਦਰਬਾਰ ਸਾਹਿਬ ਆਉਂਦੀ ਹੈ ਉਹਨੂੰ ਹਰੀ ਕੇ ਲਿਆ ਕੇ ਮੱਛੀਆਂ ਖਵਾਇਆ ਕਰਾਂਗੇ ਅਤੇ ਬਿਜ਼ਨਸ 'ਚ ਵਾਧਾ ਕਰਾਂਗੇ, ਇੱਦੋਂ ਅੱਤ ਨਿੰਗਦਣ ਕੋਈ ਗੱਲ ਹੋ ਨਹੀਂ ਸਕਦੀ। ਕਿ ਕਾਂਗਰਸੀ MLA ਦਾ ਮੰਤਰੀਆਂ ਦਾ ਵਾਹਿਆ ਤਰੀਕੇ ਨਾਲ ਸਿੱਖੀ ਸਿਧਾਂਤਾਂ ਦੇ ਉਲਟ ਬੋਲਣਾ, ਇਹ ਕਿਤੇ ਨਾ ਕਿਤੇ ਗਾਂਧੀ ਪਰਿਵਾਰ ਦੀ ਚਾਲ ਲੱਗਦੀ ਹੈ ਔਰ ਗਾਂਧੀ ਪਰਿਵਾਰ ਦੀ ਸੋਚ 'ਤੇ ਪਹਿਰਾ ਜਿਹੜੇ ਦੇ ਰਹੇ ਆ। ਹਰਮਿੰਦਰ ਸਿੰਘ ਗਿੱਲ ਜਿਹੜੇ ਨੇ ਮੇਰੀ ਜਾਣਕਾਰੀ ਦੇ ਮੁਤਾਬਕ ਉਹ ਅੰਮ੍ਰਿਤਧਾਰੀ ਸਿੱਖ ਨੇ, ਅਤੇ ਜੇ ਕੋਈ ਅੰਮ੍ਰਿਤਧਾਰੀ ਸਿੱਖ ਇਹ ਕਹੇ ਕਿ ਜਿਹੜੀ ਲੱਖਾਂ ਸੰਗਤ ਦਰਬਾਰ ਸਾਹਿਬ ਆਉਂਦੀ ਹੈ ਉਹਨੂੰ ਹਰੀ ਕੇ ਲਿਆ ਕੇ ਮੱਛੀਆਂ ਖਵਾਇਆ ਕਰਾਂਗੇ ਅਤੇ ਬਿਜ਼ਨਸ 'ਚ ਵਾਧਾ ਕਰਾਂਗੇ, ਇੱਦੋਂ ਅੱਤ ਨਿੰਗਦਣ ਕੋਈ ਗੱਲ ਹੋ ਨਹੀਂ ਸਕਦੀ। ਫਿਲਹਾਲ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ। ਗਿੱਲ ਸਾਹਿਬ, ਜਿਹੜਾ ਤੁਹਾਡਾ ਬਿਆਨ ਆ ਰਿਹਾ ਚਾਰੇ ਪਾਸੇ ਦੀ ਨਿੰਦਾ ਕੀਤੀ ਜਾ ਰਹੀ ਹੈ, ਮੈਂ ਚਾਹਾਂਗਾ ਤੁਸੀਂ ਇਸ 'ਤੇ ਸਪਸ਼ਟੀਕਰਨ ਦਿਓ ਪਹਿਲਾਂ। ਭਾਈ ਸਾਹਿਬ, ਗੱਲ ਅਸਲ 'ਚ ਇਹ ਹੈ ਕਿ ਹਰਮਿੰਦਰ ਸਾਹਿਬ ਬਾਰੇ ਤਾਂ ਮੈਂ ਕਦੇ ਸੋਚ ਹੀ ਨਹੀਂ ਸਕਦਾ ਕਿ ਮੈਂ ਇਹੋ ਜਿਹੀ ਘਟੀਆ ਗੱਲ ਕਰਨੀ ਹੈ, ਪਹਿਲੀ ਗੱਲ। ਅਤੇ ਬਾਕੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਜੇ ਕਿਸੇ ਮੇਰੀ ਗੱਲ ਕਰਕੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਮੈਂ ਇਸ ਗੱਲ ਦੀ ਮੁਆਫ਼ੀ ਮੰਗਦਾ। ਔਰ ਦੂਸਰੀ ਗੱਲ ਇਹ ਹੈ ਕਿ ਜਿਨ੍ਹਾਂ ਨੇ ਇਹ ਹਰਿਮੰਦਰ ਸਾਹਿਬ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖ ਕੇ ਗੱਲ ਕੀਤੀ ਉਹਨਾਂ ਦਾ ਧੰਨਵਾਦ ਕਰਦਾ। ਤੀਸਰੀ ਗੱਲ ਇਹ ਹੈ ਕਿ ਅਸੀਂ ਹਰੀਕੇ ਨੂੰ ਇੱਕ ਟੂਰਿਸਟ ਡੈਸਟੀਨੇਸ਼ਨ ਵਜੋਂ ਡਿਵੈਲਪ ਕਰ ਰਹੇ ਹਾਂ ਔਰ ਉੱਥੇ ਤਕਰੀਬਨ 9.5 ਕਰੋੜ ਰੁਪਇਆ ਲਾਤਾ ਹੈ, 100 ਕਰੋੜ ਰੁਪਇਆ ਹੋਰ ਲਾ ਰਹੇ ਹਾਂ। CM ਸਾਹਿਬ ਦਾ ਉਦੇਸ਼ ਆ ਕਿ ਅਸੀਂ ਉਹਨੂੰ ਇੱਕ ਇੰਟਰਨੈਸ਼ਨਲ ਪੱਧਰ ਦਾ ਟੂਰਿਸਟ ਡੈਸਟੀਨੇਸ਼ਨ ਬਣਾਈਏ, ਉਹਦੇ ਵਾਸਤੇ ਯਤਨਸ਼ੀਲ ਆ। ਮੇਰਾ ਤਾਂ ਇਹ ਸੀ ਕਿ ਜਿਹੜੇ ਅੰਮ੍ਰਿਤਸਰ ਯਾਤਰੂ ਆਉਂਦੇ ਨੇ ਇੱਕ ਅੱਧਾ ਦਿਨ ਉਹਨਾਂ ਦੇ ਠਹਿਰਨ ਦਾ ਪ੍ਰਬੰਧ ਅਸੀਂ ਹਰੀਕੇ ਕਰੀਏ। ਹੋਰ ਇਸ ਤੋਂ ਬਾਅਦ ਮੈਂ ਤਾਂ ਅੱਜ ਤੱਕ ਆਪ ਨਹੀਂ ਕਦੇ ਮੀਟ ਆਂਡਾ ਸ਼ਰਾਬ ਖਾਧਾ ਪੀਤਾ ਤੇ ਮੈਂ ਕਿਉਂ ਗੱਲ ਕਰੂੰਗਾ ਜੀ ਇਹੋ ਜੀ, ਸਵਾਲ ਹੀ ਨਹੀਂ ਪੈਦਾ ਹੁੰਦਾ ਜੀ, ਸਵਾਲ ਹੀ ਨਹੀਂ ਪੈਦਾ ਹੁੰਦਾ। ਪਰ ਗਿੱਲ ਸਾਹਿਬ, ਦੂਜੇ ਪਾਸੇ ਵਿਰੋਧੀ ਕਹਿ ਰਹੇ ਨੇ ਕਿ ਇਹ ਗਾਂਧੀ ਪਰਿਵਾਰ ਦੀ ਵਿਚਾਰਧਾਰਾ ਤੁਹਾਡੇ 'ਚ ਬੜੀ ਹੋਈ ਹੈ ਤੇ ਗੁਰਸਿੱਖ ਹੋ ਕੇ ਤੁਹਾਨੂੰ ਸ਼ਬਦ ਜਿਹੜੇ ਨੇ ਤੋਲ ਮੋਲ ਕੇ ਹੀ ਬੋਲਣੇ ਚਾਹੀਦੇ ਨੇ। ਦੇਖੋ, ਗੱਲ ਅਸਲ 'ਚ ਹੈ ਕਿ ਵਿਚਾਰਧਾਰਾ ਬੜੀ ਜਾਂ ਨਾ ਬੜੀ ਇਹਦਾ ਇੱਕ ਵੱਖਰਾ ਇਸ਼ੂ ਹੈ। ਜਿੱਥੋਂ ਤੱਕ ਹਰਿਮੰਦਰ ਸਾਹਿਬ ਬਾਰੇ ਮੈਂ ਤਾਂ ਗੱਲ ਕਰ ਹੀ ਨਹੀਂ ਸਕਦਾ, ਕਦੇ ਹੋਈ ਨਹੀਂ ਗੱਲ ਅਸਲ ਦੇ ਵਿੱਚ। ਮੈਂ ਜਿਹੜੀ ਗੱਲ ਉਹ ਦੋ ਡਿਫਰੈਂਟ ਗੱਲਾਂ ਸੀ, ਪਰ ਮੈਂ ਇਸ ਤੋਂ ਪਹਿਲਾਂ ਹੀ ਕਿਹਾ ਵਾ ਵੀ ਜੇ ਫਿਰ ਵੀ ਜੇ ਕਿਸੇ ਮੇਰੀ ਗੱਲ ਕਰਕੇ ਕਿਸੇ ਨੂੰ ਠੇਸ ਪਹੁੰਚੇ ਤੇ ਮੈਂ ਮਾਫ਼ੀ ਮੰਗਦਾ। ਦੂਜੀ ਗੱਲ, ਅਸੀਂ ਹਰੀਕੇ ਬਾਰੇ ਡਿਵੈਲਪ ਜ਼ਰੂਰ ਕਰ ਰਹੇ ਹਾਂ ਤਾਂ ਕਿ ਉੱਥੇ ਹਰ ਇੱਕ ਬੰਦੇ ਨੂੰ ਫਾਇਦਾ ਹੋਵੇ, ਉੱਥੇ ਟੂਰਿਸਟ ਆਉਣ, ਉੱਥੇ ਰੈਸਟੋਰੈਂਟ ਬਣ, ਉੱਥੇ ਰਿਜ਼ੋਰਟ ਬਣ, ਉਹਦੇ ਵਾਸਤੇ ਪ੍ਰਬੰਧ ਕਰ ਰਹੇ ਹਾਂ। ਮੇਰਾ ਇਸ ਕੰਟਰੋਵਰਸੀ ਨਾਲ ਕੋਈ ਸੰਬੰਧ ਨਹੀਂ ਗਾ ਜੀ। ਚਲੋ ਠੀਕ ਹੈ, ਤੁਸੀਂ ਡਿਵੈਲਪਮੈਂਟ ਦੀ ਗੱਲ ਕਰ ਰਹੇ ਹੋ, ਹਾਲਾਂਕਿ ਉਹ ਗੱਲ ਵੱਖਰੀ ਹੈ। ਸੂਬਾ ਸਰਕਾਰ ਦੇ ਵਾਅਦਿਆਂ ਨੂੰ ਲੈ ਕੇ ਤੁਸੀਂ ਪਹਿਲੇ ਵੀ ਕਹਿ ਚੁੱਕੇ ਸੀ ਕਿ ਵਾਅਦਾ ਪੂਰਾ ਨਹੀਂ ਹੋਇਆ, ਮੈਂ ਉਹ ਗੱਲ 'ਤੇ ਨਹੀਂ ਜਾਵਾਂਗਾ, ਪਰ ਫਿਰ ਵੀ ਤੁਹਾਨੂੰ ਲੱਗਦਾ ਹੈ ਕਿ ਜੇ ਸਿੱਖਾਂ ਦੀ ਸਿਰਮੌਰ ਸੰਸਥਾ ਤੁਹਾਨੂੰ ਤਲਬ ਕਰਦੀ ਹੈ ਜਿਵੇਂ ਕਿ ਅਪੀਲ ਕੀਤੀ ਜਾ ਰਹੀ ਹੈ ਅਕਾਲੀ ਦਲ ਵੱਲੋਂ, ਤਾਂ ਉੱਥੇ ਜਾ ਕੇ ਵੀ ਤੁਸੀਂ ਮੁਆਫ਼ੀ ਮੰਗਣ ਲਈ ਤਿਆਰ ਹੋ? ਮੈਨੂੰ, ਮੈਂ ਤਾਂ ਹਰਥ ਹੈ, ਮੈਂ ਤਾਂ ਪਹਿਲਾਂ ਅੱਜ ਹੀ ਮਾਫ਼ੀ ਮੰਗਦਾ। ਮੈਨੂੰ ਜਿੱਥੇ ਮਰਜ਼ੀ ਬੁਲਾਉਣਗੇ, ਮੈਂ ਕਿਸੇ ਕੰਟਰੋਵਰਸੀ, ਵੇਖੋ ਮੈਂ ਪਹਿਲਾਂ ਮੀਟ ਆਂਡਾ ਸ਼ਰਾਬ ਮੈਂ ਨਹੀਂ ਖਾਂਦਾ ਪੀਂਦਾ ਜੀ, ਮੈਂ ਇਸ ਕੰਟਰੋਵਰਸੀ 'ਚ ਮੈਨੂੰ ਬੁਲਾਉਣਗੇ ਤਾਂ ਮੈਨੂੰ ਜਦੋਂ ਮਰਜ਼ੀ ਬੁਲਾਉਣ, ਭਾਵੇਂ ਅੱਜ ਸ਼ਾਮ ਨੂੰ ਬੁਲਾਉਣ, ਮੈਂ ਸ਼ਾਮ ਨੂੰ ਜਾਣ ਨੂੰ ਤਿਆਰ ਹਾਂ ਜੀ। ਮੈਨੂੰ ਕੋਈ ਇਸ ਗੱਲ 'ਤੇ ਇਤਰਾਜ਼ ਹੀ ਕੋਈ ਨਹੀਂ ਗਾ। ਮੈਨੂੰ ਕਿਉਂ ਸਿੱਖ ਜਿਹੜੀਆਂ ਸ੍ਰੀ ਅਕਾਲ ਤਖਤ ਸਾਹਿਬ, ਹਰਿਮੰਦਰ ਸਾਹਿਬ ਅਤੇ ਸਿਰਮੌਰ ਜਥੇਬੰਦੀਆਂ ਨੇ, ਸਿਰਮੌਰ ਸੰਸਥਾਵਾਂ ਨੇ, ਜਦੋਂ ਮੈਨੂੰ ਮਰਜ਼ੀ ਬੁਲਾਉਣਗੇ ਮੈਂ ਜਾਵਾਂਗਾ ਜੀ। ਠੀਕ ਹੈ, ਧੰਨਵਾਦ ਤੁਹਾਡਾ ਬਹੁਤ ਬਹੁਤ। ਅਤੇ ਹਰਮਿੰਦਰ ਸਿੰਘ ਗਿੱਲ ਕਾਂਗਰਸੀ ਵਿਧਾਇਕ ਸਾਡੇ ਨਾਲ ਜੁੜੇ ਸੀ, ਵੱਡੀ ਖਬਰ ਤੁਹਾਨੂੰ ਵਿਖਾ ਰਹੇ ਹਾਂ। ਮੁਆਫ਼ੀ ਮੰਗੀ ਉਹਨਾਂ ਨੇ ਕਿਹਾ ਕਿ ਜੇ ਕਿਸੇ ਦੀ ਭਾਵਨਾ ਆਹਤ ਹੋਈ ਹੈ ਤਾਂ ਮੈਂ ਮੁਆਫ਼ੀ ਮੰਗਦਾ ਅਤੇ ਤਿਆਰ ਹਾਂ, ਜੇ ਸਿੱਖਾਂ ਦੀ ਸਿਰਮੌਰ ਸੰਸਥਾ ਮੈਨੂੰ ਬੁਲਾਉਂਦੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਤਾਂ ਮੈਂ ਜਾਵਾਂਗਾ, ਮੁਆਫ਼ੀ ਉੱਥੇ ਵੀ ਮੰਗਣ ਲਈ ਤਿਆਰ ਹਾਂ। ਮੈਂ ਸਿਰਫ ਵਿਕਾਸ ਦੀ ਗੱਲ ਕੀਤੀ, ਹਰਮਿੰਦਰ ਗਿੱਲ ਇਹ ਗੱਲ ਕਹਿੰਦੇ ਨਜ਼ਰ ਆ ਰਹੇ ਨੇ, ਜਿਹੜੇ ਪੱਟੀ ਤੋਂ ਵਿਧਾਇਕ ਨੇ, ਹਲਕਾ ਪੱਟੀ ਤੋਂ ਵਿਧਾਇਕ ਨੇ। ਮੈਂ ਸ਼੍ਰੀ ਹਰਿਮੰਦਰ ਸਾਹਿਬ ਬਾਰੇ ਅਜਿਹੀ ਗੱਲ ਨਹੀਂ ਕੀਤੀ ਹੈ।
लिविंग इंडिया न्यूज़ से हरमिंदर गिल ने मुआफ़ी मंगी है। मुआफ़ी मांगते नज़र आए कुछ देर पहला। उन्होंने कहा है कि जो किसी की भावना आहत हुई है तो मैं मुआफ़ी चाहना, पर साफ तौर पर गुरसिख हो के भी उन्होंने वालों जिस तरह की संगत लिए शब्दावली की वरतों की गई है, संगत में भी थोड़ी बहुत ठेस पहुँची है। हर कोई इसकी निखेधी कर रहा। लिविंग इंडिया न्यूज़ से मुआफ़ी मांगते नज़र आए हैं। मैं सिर्फ विकास की गल करदा, विकास की गल की सी हरमिंदर गिल कहते नज़र आ रहे हैं। संगत के बारे विवादित बयान उन्होंने दिता सी। मैं सिर्फ विकास की गल की है। हरमिंदर गिल जड़े ने भट्टी तो विधायक ने, उन्हों का प्रतिक्रम सामने है। और इतने जिन्ना भी पैसा लग्या असी चाहते हैं कि जिहड़ा 1 लाख श्रद्धालु रोज अमृतसर आउंदा दरबार साहब के दर्शन वास्ते, वह हरीके वाले असी मूँह मोड़ के हरीके लिया चाहते हैं ताकि इतने आण के रवे तुहाडी मच्छी मुच्छी भी खाते बाकी भी कारोबार चलन पाउणगे। और इतने जिन्ना भी पैसा लग्या असी चाहते हैं कि जिहड़ा 1 लाख श्रद्धालु रोज अमृतसर आउंदा दरबार साहब के दर्शन वास्ते, वह हरीके वाले असी मूँह मोड़ के हरीके लिया चाहते हैं ताकि इतने आण के रवे तुहाडी मच्छी मुच्छी भी खाते बाकी भी कारोबार चलन पाउणगे। और इतने जिन्ना भी पैसा लग्या असी चाहते हैं कि जिहड़ा 1 लाख श्रद्धालु रोज अमृतसर आउंदा दरबार साहब के दर्शन वास्ते, वह हरीके वाले असी मूँह मोड़ के हरीके लिया चाहते हैं ताकि इतने आण के रवे तुहाडी मच्छी मुच्छी भी खाते बाकी भी कारोबार चलन पाउणगे। लगातार बड़ी खबर तुहानू असीं विखा रहे हैं। लिविंग इंडिया न्यूज़ से मुआफ़ी मंगते नज़र आ रहे संगत, तो उन्होंने मुआफ़ी मंगी है। हलका पट्टी तो विधायक हरीके लिया के मच्छी खुआउण की गल कह रहे सी। मेरे बयान तो किसी नूं कोई दुख पहुँचा तो मैं मुआफ़ी मंगदा। उन्होंने कहा कि मेरा कोई लेना देना नहीं है इस कॉन्ट्रोवर्सी के नाल। हालांकि शब्द जड़े ने जिस तरह उन्होंने शब्दावली की वरतों की है तुसी भी सुनया है। की तुसी कैनेडा जा करके पढ़ाई करना चाहते हो? आयल्स 1 मड्यूल 5.5 बैंड होने करके सपना तुहाडा पूरा नहीं हो पा रहा, अपने शहर च हो रहे सैमीनार का हिस्सा बनो। हुणे कॉल करो 90 419 90 419।